ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸੁਲਤਾਨ। ਮੈਂ ਮੈਲੋਡੀ ਸੌਂਗ ਦੀ ਪਰਫੋਰਮੈਂਸ ਦੇਣ ਚੱਲਾ ਵਾਂ। ਮੈਂ ਆਪਣੇ ਗੁਰੂ ਜੀ ਦਾ ਗੀਤ ਗਾਉਣ ਚੱਲਾਂ, ਮੈਂ ਤੇਰੀ ਤੂੰ ਮੇਰਾ। ਮੈਨੂੰ ਮੇਰੇ 'ਤੇ ਪੂਰਾ ਯਕੀਨ ਹੈ, ਮੈਂ ਜੱਜਿਸ ਨੂੰ ਖੁਸ਼ ਕਰਕੇ ਆਵਾਂਗਾ। ਸੁਲਤਾਨ, ਮਜ਼ਾ ਆਇਆ ਪਰਫਾਰਮ ਕਰਕੇ? ਬੜਾ ਮਜ਼ਾ ਆਇਆ ਸਰ। ਬੜਾ ਮਜ਼ਾ ਆਇਆ ਹੈ? ਸਕੂਨ ਮਿਲਿਆ? ਹਾਂਜੀ, ਬੜਾ ਮਿਲਿਆ। ਚਲ ਫਿਰ ਠੀਕ ਹੈ। ਦੇਖ ਯਾਰ, ਵੀਰ ਭਾਅ ਜੀ ਤਾਂ ਬਹੁਤ ਇੰਜੋਏ ਕਰ ਰਹੇ ਸੀਗੇ, ਤਾੜੀਆਂ ਮਾਰ ਰਹੇ ਸੀ, ਇੰਜੋਏ ਕਰ ਰਹੇ ਸੀ। ਵੀਰ ਭਾਅ ਜੀ, ਕਿਹੋ ਜਿਹਾ ਰਿਹਾ ਜੀ ਇਹ ਗੀਤ? ਪਤਾ ਨਹੀਂ ਪੁੱਤਰ, ਤੇਰੇ 'ਤੇ ਕਿਹਦਾ ਹੱਥ ਆ? ਕੌਣ ਜ਼ਰੀਆ ਆ ਕਿ ਉਹ ਪਰਮਾਤਮਾ ਦੀ ਜਿਹੜੀ ਇੱਕ ਲਿਵ ਲੱਗੀ ਹੁੰਦੀ ਹੈ ਨਾ, ਕੁਛ ਉੱਦਾਂ ਦੀ ਤੇਰੀ ਸ਼ਖਸੀਅਤ ਆ ਕਿ ਬੱਚਾ ਐਸਾ ਬਲੈਸਡ ਬੱਚਾ ਹੈਗਾ ਹੈ, ਜੋ ਇਹਦੀ ਪਰਫੋਰਮੈਂਸ ਦੇ ਵਿੱਚੋਂ ਮੈਂ ਫੀਲ ਕੀਤਾ ਕਿ ਉਹਨੂੰ ਕਿਸੇ ਚੀਜ਼ ਦੀ ਕੋਈ ਟੈਨਸ਼ਨ ਹੀ ਨਹੀਂ। ਸੋ ਇਹ ਮਾਲਕਾਂ ਦੀ ਮੇਰਾ ਪੁੱਤਰ ਜੀ ਤੁਹਾਡੇ 'ਤੇ, ਅਤੇ ਅਸੀਂ ਅਰਦਾਸ ਕਰਦੇ ਹਾਂ ਮੇਰ ਤੁਹਾਡੇ 'ਤੇ, ਮਾਲਕ ਇੱਦਾਂ ਹੀ ਕਰਦੇ ਰਹਿਣ ਅਤੇ ਸੁਰ ਦੀ ਵੀ ਰਹਿਮਤ ਤੁਹਾਡੇ 'ਤੇ ਹੁੰਦੀ ਰਹੇ। ਥੈਂਕ ਯੂ ਜੀ। ਸੱਜਣ ਜੀ, ਇਹ ਗਾਣਾ ਤਾਂ ਇਹਦਾ ਫਰਜ਼ ਬਣਦਾ ਸੀ ਵਧੀਆ ਗਾਉਣ ਦਾ, ਕਿਉਂਕਿ ਬੱਬਲੇ ਯਮਲਾ ਜੀ ਦੀ ਫੈਮਿਲੀ ਦਾ ਸ਼ਾਗਿਰਦ ਹੈ, ਸੁਹਾਣੇ ਯਮਲਾ ਜੀ ਦਾ ਸ਼ਾਗਿਰਦ ਹੈ। ਪਰ ਬਹੁਤ ਅੱਛਾ ਗਾਇਆ, ਬਹੁਤ ਜ਼ਿਆਦਾ ਅੱਛਾ ਗਾਇਆ। ਥੈਂਕ ਯੂ। ਇੱਕ ਵਾਰੀ ਜ਼ੋਰਦਾਰ ਤਾੜੀਆਂ ਦੁਬਾਰਾ ਤੋਂ। ਮਤਲਬ ਹੁਣ ਤੱਕ ਤੋਂ ਜਿੰਨੇ ਵੀ ਗਾਣੇ ਗਾਏ ਹੈ ਨਾ ਇੱਥੇ ਇਸ ਸ਼ੋਅ 'ਚ, ਇਹ ਸਭ ਤੋਂ ਵਧੀਆ ਗਾਇਆ ਤੂੰ। ਥੈਂਕ ਯੂ ਸਰ। ਕਿਊਟਨੈਸ ਦਿਖਾ ਕੇ, ਨਾਲੇ ਮਿੱਠੇ ਮਿੱਠੇ ਜਿਹੇ ਗਾਣੇ ਸੁਣਾ ਕੇ ਐਵੇਂ ਵਿਨਰ ਬਣ ਜਾਓ ਚੁੱਪ ਕਰਕੇ। ਹਾਂਜੀ, ਠੀਕ ਹੈ। ਥੈਂਕ ਯੂ ਜੀ। ਸਾਡੇ ਸੈਲੀਬ੍ਰਿਟੀ ਗੈਸਟ ਬੱਬਲ ਰਾਏ, ਮੈਂ ਉੱਥੇ ਆ ਕੇ ਦੱਸੂ। ਮੈਂ ਜਦੋਂ ਦਾ ਆ ਰਿਹਾ, ਮੇਰੀ ਇਹਦੇ ਦੀ ਅੱਖ 'ਚ ਵੀ ਇਹਨੇ ਕੀ ਕਰਨਾ। ਸੋ ਤੂੰ ਜਦੋਂ ਗਾ ਰਿਹਾ ਸੀਗਾ, ਸਾਰਿਆਂ ਨੇ ਬਹੁਤ ਇੰਜੋਏ ਕੀਤਾ। ਤੂੰ ਦੇਖਿਆ, ਸਾਰਿਆਂ ਦੇ ਸਿਰ ਇੱਦਾਂ ਕਰਦੇ ਸੀ, ਉਂਗਲੀਆਂ ਇੱਦਾਂ ਇੱਦਾਂ ਕਰਦੀਆਂ ਸੀਗੀਆਂ, ਸਾਰੇ ਇੱਦਾਂ ਇੱਦਾਂ ਕਰਦੇ ਸੀ। ਅਤੇ ਜਦੋਂ ਤੂੰ ਹਾਂਜੀ ਕਹਿਣਾ, ਬਹੁਤ ਕਿਊਟ ਲੱਗਦਾ, ਪਤਾ ਕਿੱਦਾਂ? ਹਾਂਜੀ ਹਾਂਜੀ। ਥੈਂਕ ਯੂ।